ਹੈਲੋ ਗਾਇਸ, ਆਈ ਐਮ ਲਾਈਵ ਬਹੁਤ ਹੀ ਚੱਕਵੇਂ ਜੇ ਕੁੜਤੇ ਦੇ ਨਾਲ ਅਤੇ ਚੱਕਵਾਂ ਜਿਹਾ ਰੰਗ ਬੰਨਿਆ ਹੋਇਆ ਮੈਂ ਪੱਗ ਨਾਲ। ਸ਼ੂਟਿੰਗ ਚੱਲੀ ਜਾਂਦੀ ਛੜੇ ਦੀ, ਬਹੁਤ ਜਲਦ ਅਗਲੇ ਸਾਲ ਡੇਟ ਫਿਰ ਅਨਾਊਂਸ ਹੋ ਗਈ, ਪਤਾ ਨਹੀਂ ਹੋਈ, ਮੇਰੇ ਚੇਤਾ ਭੁੱਲ ਗਿਆ, ਸੋਰੀ। ਸੋ ਡੇਟ ਪਤਾ ਨਹੀਂ, ਚਲੋ ਐਨੀ ਹਾਓ ਜਲਦੀ ਤੁਹਾਨੂੰ ਦੱਸ ਦਿੱਤੀ ਜਾਊਗੀ ਜੇ ਨਹੀਂ ਦੱਸੀ ਪ੍ਰੋਡਿਊਸਰਸ ਨੇ। ਅਗਲੇ ਸਾਲ ਆ ਜਾਣੀ ਹੈ ਛੜਾ, ਅਗਲੇ ਸਾਲ ਛੜਾ ਆ ਜਾਏਗੀ। ਅਤੇ ਅੱਜ ਤੁਹਾਨੂੰ ਸਾਰਿਆਂ ਨੂੰ ਗੁਰਪੁਰਬ ਦੀਆਂ ਜਿਹੜੀਆਂ ਬਹੁਤ ਬਹੁਤ ਲੱਖ ਲੱਖ ਮੁਬਾਰਕਾਂ। ਅਤੇ ਮੈਂ ਕਿੰਮਾ ਵੀ ਚਾਹੁੰਦਾ ਸੀ ਅੱਜ ਗਾਣਾ ਰਿਲੀਜ਼ ਰੱਖ ਲਿਆ ਸੀ ਵੀਡੀਓ, ਅਤੇ ਪਰ ਉਹ ਗਲਤੀ ਹੋ ਗਈ, ਫੇਸ ਕਰਕੇ ਅੱਜ ਗਾਣਾ ਰਿਲੀਜ਼ ਨਹੀਂ ਕੀਤਾ। ਕਈ ਸੱਜਣਾਂ ਦਾ ਘੱਟ ਜਾ ਕੇ ਤੁਸੀਂ ਨਾ ਇੱਧਰ, ਮੇਰੇ ਉਹ ਲੈਟ ਘੱਟ ਗਈ ਫੋਨ ਦੇ ਵਿੱਚ, ਅਤੇ ਇਹਦੀ ਉਹ ਹੋ ਗਈ, ਕਿੱਥੋਂ ਠੀਕ ਹੋ ਗਈ ਇਹਦੀ ਉਹ ਹੋ ਗਈ ਭਾਅ ਜੀ, ਬੈਟਰੀ ਕੰਮ ਕਰਦੀ, ਬੈਟਰੀ ਵੀ ਹੈ। ਐਨੀ ਹੋ ਮਿੱਟੀ ਕੰਮ, ਸੋ ਉਹਦੇ ਲਈ ਅਸੀਂ ਖਿਮਾਂ ਦੇ ਜਾ ਚੁੱਕਾ ਜੀ। ਕੱਲ੍ਹ ਨੂੰ ਗਾਣਾ ਆਊਗਾ, ਕਈਆਂ ਦੀ ਕਹਿੰਦੇ ਵੀ ਕੋਈ ਤਕਨੀਕੀ ਕਾਰਨ ਕਰਕੇ, ਕੋਈ ਤਕਨੀਕੀ ਕਾਰਨ ਨਹੀਂ ਜੀ, ਸੋਰੀ, ਗਲਤੀ ਜਿਹੜੀ ਆ ਉਹ ਮੰਨ ਲੈਣੀ ਚਾਹੀਦੀ ਬੰਦੇ ਨੂੰ, ਗਲਤੀ ਦੀ ਬਹੁਤ ਬਹੁਤ ਮਾਫ਼ੀ ਤੁਹਾਨੂੰ ਦਿੱਤੀ ਜਾਵੇ। ਅਤੇ ਕੱਲ੍ਹ ਆ ਜਾਣਾ ਗਾਣਾ ਪੋਤੇ ਜੱਟ ਦਾ, ਤੁਸੀਂ ਕੱਲ੍ਹ ਨੂੰ ਇੰਜੋਏ ਕਰਿਓ। ਅਤੇ ਕੀ ਹਾਲ ਆ, ਹਾਂ ਠੀਕ ਆ ਬਾਈ, ਤੂੰ ਸੁਣਾ ਕਿੱਦਾਂ, ਠੀਕ ਹੈ? ਬਹੁਤ ਬਹੁਤ ਧੰਨਵਾਦ ਤੁਹਾਡਾ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿਨਾਮ ਵੀਰੇ, ਸਤਿ ਸ਼੍ਰੀ ਅਕਾਲ। ਮੇਰੇ ਪਹਿਰਾਵੇ 'ਤੇ ਨਾ ਜਾਇਓ, ਇੱਦਾਂ ਮੈਂ ਪਰਸਨਲ ਨਹੀਂ ਹੈਗਾ। ਈਵਨ ਗਾਣਿਆਂ ਦਾ ਵੀ, ਫਿਲਮਾਂ ਦਾ ਵੀ ਜਿਹੜਾ ਕੋਸਟਿਊਮਸ ਹੁੰਦੇ ਆ, ਉਹ ਮੇਰੀ ਤਾਂ ਪਰਸਨਲ ਸੋਚ ਨਹੀਂ ਹੁੰਦੀ, ਮੈਂ ਤਾਂ ਉਹਦਾ ਥੋੜ੍ਹਾ ਜਿਹਾ ਠੀਕ ਜਿਹਾ ਹੀ ਹਾਂ ਭਾਈ। ਕਈ ਵਾਰੀ ਗਾਣੇ ਦੇ ਹਿਸਾਬ ਨਾਲ ਕੋਸਟਿਊਮ, ਜਿੱਦਾਂ ਪਿਛਲੇ ਗਾਣੇ ਪਾਗਲ ਨੂੰ ਤੁਸੀਂ ਬਹੁਤ ਪਿਆਰ ਦਿੱਤਾ, ਸੋ ਉਹਦੇ ਹਿਸਾਬ ਨਾਲ ਜਿਹੜੇ ਏਰਾ ਦਾ ਗਾਣਾ ਬਣਾਇਆ ਨਵੀਂ ਭਾਅ ਜੀ ਨੇ, ਉਹਦੇ ਹਿਸਾਬ ਨਾਲ ਕੋਸਟਿਊਮ ਆ। ਅਤੇ ਜਿਹੜਾ ਪੁੱਤ ਜੱਟ ਦਾ, ਇਹਦਾ ਬਾਹਲਾ ਹੀ ਚੱਕਵਾਂ ਕੋਸਟਿਊਮ ਆ, ਜਿਹੜੇ ਉਹ ਸੰਗਲ ਸੰਗਲ ਜਿਹਾ ਪਾਏ, ਉਹ ਸਿਰਫ ਮਾਹੌਲ ਕਰਕੇ, ਇਹਦਾ ਪਰਸਨਲ ਨਹੀਂ ਉੱਦਾਂ ਦੀ ਮੇਰੀ ਹੈਗੀ ਥਿੰਕਿੰਗ, ਮਾਹੌਲ ਕਰਕੇ। ਨਹੀਂ ਤਾਂ ਮੈਂ ਤਾਂ ਨਾ ਬੁੰਦੀਆਂ ਅਤੇ ਨਾ ਕੋਈ ਚੇਨੀਆਂ ਮੈਨੂੰ ਬਹੁਤੀਆਂ ਪਸੰਦ ਨਹੀਂ, ਨਾ ਹੀ ਮੈਂ ਪਾ ਸਕਦਾ ਰੂਟੀਨ ਦੇ ਵਿੱਚ, ਪਰ ਕਿਉਂਕਿ ਉਹ ਗਾਣੇ ਦੀ ਡਿਮਾਂਡ ਇਸ ਕਰਕੇ। ਵੀਰ ਜੀ ਗੱਲ ਪੁੱਛਾਂ? ਹਾਂਜੀ ਪੁੱਛੋ ਮਾੜਾ। ਹੈਲੋ ਜੀ ਬਹੁਤ ਵਧੀਆ, ਥੈਂਕ ਯੂ ਵੀਰੇ, ਥੈਂਕ ਯੂ ਨਿਮੇਸ਼ ਜੀ।